म्यूजियम ऑफ फ्यूचर आप दोबारा जाना चाहोगे? करो जी बाय म्यूजियम ऑफ द फ्यूचर नु अपने लगे लुगे चक्के मत की वैसे नहीं वैसे तो वही क्लीन करूंगे इतों हुण अपना गड्डी रखिए लगेज इत्थे सारी एमिरेट्स दी फ्लाइट इत्थों ही हुंदी है पहला उत्थे जाके जगह देखिए वधिया जी आ गई दुबई ड्यूटी फ्री ਅਸੀਂ ਤਾਂ ਚੱਲ ਪਏ ਸੀ ਜੀ ਮੈਟਰੋ ਤੋਂ ਹੋਟਲ ਵੱਲ ਨੂੰ ਕਿਉਂਕਿ ਐਕਚੁਅਲੀ ਨੀਂਦ ਵੀ ਇੰਨਾ ਟਾਈਮ ਤਾਂ 11:15 ਦਾ ਹਲੇ ਹੋਏ ਹੈ 11:45 ਬਟ ਉਹ ਪਹਿਲੀ ਪਹੁੰਚ ਚੁੱਕੇ ਹੁਣੇ ਮੈਨੂੰ ਕਾਲ ਆਈ ਕਹਿੰਦੇ ਆਈ ਐਮ ਵੇਟਿੰਗ ਫੋਰ ਆਊਟਸਾਈਡ ਅਤੇ ਚਲੋ ਮਿਲਦੇ ਵੀਰ ਨੂੰ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਉਹਨਾਂ ਦਾ ਪਰਸੋਂ ਤੋਂ ਸਾਨੂੰ ਉਹਨਾਂ ਨੇ ਇੱਕ ਮਾੜਾ ਛੋਟੀ ਜਿਹੀ ਵੀ ਕੋਈ ਐ ਨਹੀਂ ਫੀਲ ਹੋਣ ਦਿੱਤਾ ਵੀ ਤੁਹਾਨੂੰ ਕੋਈ ਕਿਵੇਂ ਤੁਸੀਂ ਇੱਥੇ ਇੱਧਰ ਉੱਧਰ ਘੁੰਮੋਗੇ ਕਿਵੇਂ ਨਹੀਂ ਲਓ ਜੀ ਬਾਕੀ ਦੁਬਾਰੇ ਫਿਰ ਐਂਟਰੀ ਸਾਡੀ ਮਿਊਜ਼ੀਅਮ ਆਫ ਫਿਊਚਰ ਆਪ ਦੁਬਾਰਾ ਜਾਣਾ ਚਾਹੋਗੇ ਜਾ ਰਹੇ ਹਾਂ ਐਗਜ਼ਿਟ 'ਤੇ ਆ ਗਏ ਜੀ ਬਾਹਰ ਮਿਊਜ਼ੀਅਮ ਆਫ ਦੀ ਫਿਊਚਰ ਤੋਂ ਉਹ ਖੜੀ ਸਾਹਮਣੇ ਨੀਂਦੀ ਪੀਰ ਦੀ ਗੱਡੀ ਕੋਈ ਗੱਡੀ 'ਚ ਰੱਖਦੀ ਇੱਧਰ ਵੀਰ ਪੂਰੇ ਟਾਈਮ ਸਿਰ ਆ ਗਿਆ ਹੁਣ ਚੱਲੀਏ ਵੀਰ ਨਾਲ ਬੈਠ ਕੇ ਹੋਟਲ ਕਰੋ ਜੀ ਬਾਏ ਮਿਊਜ਼ੀਅਮ ਆਫ ਦੀ ਫਿਊਚਰ ਨੂੰ ਚਲੋ ਭਾਈ ਹਾਂਜੀ ਬੱਚੋ ਓਕੇ ਲਓ ਜੀ ਚੱਲ ਪਏ ਵਾਪਸ ਹੋਟਲ ਵੱਲ ਜਾ ਰਹੇ ਹਾਂ ਮਿਊਜ਼ੀਅਮ ਆਫ ਦੀ ਫਿਊਚਰ ਤੋਂ ਹੁਣ ਇੱਥੋਂ ਅਸੀਂ ਆਪਣੇ ਲਗੇਜ ਰੱਖਣੇ ਗੱਡੀ 'ਚ ਅਤੇ ਉਹ ਤੋਂ ਬਾਅਦ 'ਚੋਂ ਨੀਂਦੀ ਵੀ ਸਾਨੂੰ ਛੱਡ ਕੇ ਏਅਰਪੋਰਟ ਜਿਹੜੇ ਆਪਣੇ ਕੰਮਾਂ ਕਾਰਾਂ 'ਤੇ ਵੀ ਉਹ ਸਾਹਮਣੇ ਦੁਬਈ ਟ੍ਰੇਨ ਇਹ ਜਿਹੜਾ ਕੱਲ੍ਹ ਆਪਾਂ ਦੇਖ ਕੇ ਆਏ ਨਾ ਜੀ ਉਹ ਸੇਮ ਉਹਦੀ ਕਾਪੀ ਹੈ ਡਿਟੋ ਉੱਪਰੋਂ ਇਹ ਥੋੜ੍ਹਾ ਜਿਹਾ ਸ਼ਾਇਦ ਉੱਚਾ ਹੋਵੇ ਮੇ ਬੀ ਬਾਈ ਦੇ ਉੱਪਰ ਇਹੀ ਹੈ ਜੀ ਗਲਾਸ ਦੇ ਉੱਪਰ ਤੁਸੀਂ ਪੈਰ ਆ ਰਹੇ ਥੱਲੇ ਵਾਸ ਹੋ ਇਹ ਹੈ ਜੀ ਦੁਬਈ ਹੈ ਜਿਹੜੇ ਕੱਲ੍ਹ ਗਏ ਸੀ ਤੋ ਜੀ ਹੋ ਗਈ ਬਾਏ ਬਾਏ ਦੁਬਈ ਨੂੰ ਚੱਲੇ ਰੂਮ 'ਚੋਂ ਕਰ ਲਈ ਪੈਕਿੰਗ ਸਾਰੀ ਰੂਮ ਕਰਤਾ ਕਲੀਨ ਆਪਣੇ ਲਗੇ ਲੁਗੇ ਚੱਕੇ ਮਤ ਕੀ ਵੈਸੇ ਨਹੀਂ ਵੈਸੇ ਤਾਂ ਉਹੀ ਕਲੀਨ ਕਰੂੰਗੇ ਨਿਕਲ ਗਏ ਜੀ ਚੱਲੇ ਹੁਣ ਵਾਪਸੀ ਚੱਲੀਏ ਸਵਿਟਜ਼ਰਲੈਂਡ ਫਲਾਈਟ ਹੈ ਇੱਥੋਂ 3 ਵਜੇ ਇਸ ਟਾਈਮ ਹੋ ਗਏ 11:15 ਦੇ 12:15 ਦੇ ਕਰੀਬ ਹੋ ਗਏ ਜੀ ਚੈੱਕਆਊਟ ਚੱਲੇ ਓਕੇ ਇੱਥੋਂ ਹੁਣ ਆਪਣਾ ਗੱਡੀ 'ਚ ਰੱਖੀਏ ਲਗੇਜ ਲਓ ਦੇ ਗੱਡੀ ਖੜੀ ਮਿਲਦੀ ਵੀਰ ਫਿਰ ਆਏ ਪਏ ਵੇਟ ਕਰ ਰਹੇ ਮੈਂ ਕਰਾਉਣਾ ਜੀ ਮੈਂ ਕਰਾਉਣਾ ਅਸੀਂ ਬੜੀ ਲਓ ਜੀ ਆ ਗਏ ਟਰਮੀਨਲ 3 'ਤੇ DXP
ਠੀਕ ਹੈ ਭਾਅ ਜੀ, ਥੈਂਕ ਯੂ ਵਨਸ ਅਗੇਨ ਜੀ, ਬਹੁਤ ਬਹੁਤ ਧੰਨਵਾਦ। ਲਓ ਜੀ ਆ ਗਏ ਟਰਮੀਨਲ 3 'ਤੇ, ਇੱਥੋਂ ਫਲਾਈਟ ਹੈ ਹੁਣ ਜ਼ਿਊਰਿਕ ਦੀ। ਜਾ ਰਹੀ ਹੈ ਇੱਥੋਂ ਨਿੰਦੀ ਵੀਰ ਨੇ ਆਪਾਂ ਨੂੰ ਸਰਵਿਸ ਵੀ ਦੂਜੀ ਦਿੱਤੀ, ਬੰਦਾ ਲਗੇਜ ਲੈ ਕੇ ਜਾ ਰਿਹਾ ਸਾਰੇ। ਅਸੀਂ ਤਾਂ ਬਸ ਸਿਰਫ ਆਪਣਾ ਹੱਥ 'ਚ ਫੋਨ ਫੜੇ ਪਏ ਹਾਂ ਜਾਂ ਪਾਸਪੋਰਟ, ਹੁਣ ਇਹ ਖੁਦ ਸਾਨੂੰ ਲੈ ਕੇ ਜਾਊਗਾ ਜਿੱਥੇ ਸਾਡਾ ਚੈਕਿੰਗ ਹੈ, ਜਿੱਥੋਂ ਬੋਰਡਿੰਗ ਪਾਸ ਮਿਲਣੇ ਹੈ। ਵੈਸੇ ਤਾਂ ਸੈਲਫ ਚੈਕਿੰਗ ਵੀ ਹੈ ਇੱਥੇ, ਬਟ ਉਹ ਜਾ ਰਿਹਾ ਲੈ ਕੇ ਸਾਨੂੰ ਬੰਦਾ ਉੱਧਰ। ਅਸੀਂ ਉਹ ਸਾਹਮਣੇ ਕਾਫੀ ਵੱਡਾ ਏਅਰਪੋਰਟ ਹੈ ਵੀ, ਟਰਮੀਨਲ 3 ਐਮਰੇਟਸ। ਇੱਥੇ ਸਾਰੀਆਂ ਐਮਰੇਟਸ ਦੀਆਂ ਫਲਾਈਟ ਇੱਥੋਂ ਹੀ ਹੁੰਦੀਆਂ ਟਰਮੀਨਲ 3 ਤੋਂ। ਇਹ ਜੀ ਸਾਡੀ EK-85 ਫਲਾਈਟ, ਦੇਖਦੇ ਹਾਂ ਕਿੰਨੇ ਵਜੇ ਟਾਈਮ 'ਤੇ ਹੈ ਕਿ ਨਹੀਂ, ਕੀ ਹਿਸਾਬ ਕਿਤਾਬ ਹੈ। EK-85 ਇਹ ਰਹੀ EK-85 335 'ਤੇ ਜ਼ਿਊਰਿਕ, A9 'ਤੇ ਹੈ। ਅਸੀਂ ਹੁਣ ਜਾਣਾ A9 ਵੱਲ। ਉਹ ਸਾਹਮਣੇ ਹੈ ਜੀ A9। ਲਓ ਜੀ ਇੱਥੇ ਹੁਣ ਅਸੀਂ ਟਰੋਲੀ ਖੜੀ ਕਰਕੇ ਚੱਲੇ ਇਮੀਗ੍ਰੇਸ਼ਨ ਵੱਲ, ਇੱਥੋਂ ਕਰਾਉਣੀ ਇਮੀਗ੍ਰੇਸ਼ਨ। ਇੱਧਰਲੀ ਸਾਈਡ ਆ, ਇਹ ਤੋਂ ਬਾਅਦ ਅੱਗੇ ਸਮਾਰਟ ਗੇਟਸ ਹੈ, ਅੱਗੇ ਕੈਮਰਾ ਲਾਉਣੀ ਹੈ। ਲਓ ਜੀ ਇੱਥੋਂ ਅਸੀਂ ਜਾਣਾ ਹੁਣ ਟ੍ਰੇਨ 'ਚ, ਦੇਖ ਲਓ ਜੀ ਮਿਲਦੀ ਜਗ੍ਹਾ। ਡੋਰ ਕਲੋਜ਼ਿੰਗ ਹੋ ਰਹੀ ਹੈ, ਚਲੋ ਜੀ। ਇੱਥੋਂ ਸਾਡੀ ਇਮੀਗ੍ਰੇਸ਼ਨ ਹੋਈ ਹੈ, ਹੁਣੇ ਇਮੀਗ੍ਰੇਸ਼ਨ ਕਰਾ ਕੇ ਹੁਣ ਅਸੀਂ ਇੱਥੋਂ ਅੱਗੇ ਜਿਹੜਾ ਪਲੇਨ ਤੱਕ ਜਾਂਦੇ ਹਾਂ, ਤਾਂ ਬਾਏ ਇਹਨਾਂ ਦੀ ਅੰਦਰ ਮੈਟਰੋ ਚੱਲਦੀ ਹੈ ਟ੍ਰੇਨ, ਇੱਥੋਂ ਟ੍ਰੇਨ ਤੋਂ ਇਹ ਲੈ ਕੇ ਜਾਂਦੇ ਹਾਂ, ਕਿਉਂਕਿ ਨੀਅਰ ਅਬਾਊਟ 3 ਕਿਲੋਮੀਟਰ ਦਾ ਰਸਤਾ ਹੈ ਉਹ ਜਿਹੜਾ ਜਾਣਾ ਹੁੰਦਾ ਹੈ। ਹੁਣ ਨੈਕਸਟ ਟ੍ਰੇਨ ਆਊਗੀ ਤਾਂ ਉਹਦੇ 'ਚ ਅਸੀਂ ਜਾਊਂਗੇ। ਆ ਗਈ ਟ੍ਰੇਨ, ਇਹਦੇ 'ਚ ਜਾਣਾ ਹੁਣ। ਇਹ ਖੁੱਲ੍ਹ ਗਏ ਗੇਟ, ਬੈਠ ਜਾਓ। ਇੱਥੋਂ ਜਾਣਾ ਜੀ ਹੁਣ। ਉਤਰ ਗਏ ਜੀ ਟ੍ਰੇਨ 'ਚੋਂ, ਇਹ ਆ ਗਿਆ A9 'ਤੇ ਜਾਣਾ ਆਪਾਂ ਨੇ। A1-A ਚੋਂ ਵੀ ਹੋ ਰਿਹਾ ਸਾਹਮਣੇ ਗੇਟ, ਇਹ ਹੈ ਦੁਬਈ ਦਾ ਏਅਰਪੋਰਟ। ਅੰਦਰੋਂ ਆ ਗਏ ਹੁਣ, ਫਲਾਈਟ ਦੇਖ ਦਿਓ, ਫਲਾਈਟ ਟਾਈਮ 'ਤੇ ਹੀ ਹੈਗਾ। ਤਿੰਨ ਵਜੇ ਹੈ ਨਾ, 13 ਹੋ ਰਹੀ, 15-35 ਹੋ ਰਹੀ। ਹਾਂ EK-085 ਜ਼ਿਊਰਿਕ A24 ਗੇਟ A24 ਹੈ। ਹਾਂ A9 ਨਹੀਂ ਹੈਗਾ, ਨਹੀਂ ਉਹ ਚੇਂਜ ਹੋ ਗਿਆ ਹੋਣਾ ਨਾ, A24 ਹੈ। ਹੈਂ ਇਹ ਲਿਫਟ ਤੋਂ ਜਾਣਾ ਜੀ ਅਸੀਂ ਗੇਟ A24, A1 ਤੋਂ A24 ਤੋਂ A24 ਤੱਕ ਇੱਥੋਂ ਹੈ।
ਲੈਟਸ ਗੋ ਇਨ ਦ ਨੈਕਸਟ ਵਨ। ਅਗਲੇ ਨੇ ਜਾਉਂਗਾ ਜਿਹੜਾ ਆ ਜਾ ਇਧਰ ਨੂੰ ਆ ਜਾਣਾ ਬਸ ਕਲੋਜ਼। ਇਹ ਰੇਜ ਗੇਟ A1 ਤੋਂ A12 ਇੱਧਰ ਨੂੰ, A13 ਤੋਂ A24 ਰਾਈਟ ਸਾਈਡ ਤੋਂ ਜੀ ਰਾਈਟ ਸਾਈਡ ਨੂੰ ਜਾਣਾ ਹੈ ਉਹ ਸਾਹਮਣੇ। ਪਹਿਲਾਂ ਉੱਥੇ ਜਾ ਕੇ ਜਗ੍ਹਾ ਦੇਖੀ ਵਧੀਆ ਜੀ, ਬੈਠ ਕੇ ਕੁਛ ਖਾ ਪੀ ਕੇ ਫਿਰ ਇੱਧਰ ਆਉਂਦੇ ਡਿਊਟੀ ਫਰੀ ਦੇਖਣ ਦੁਆਰੇ। ਲੋ ਬਰਬਰੇ ਯੂ ਆਰ ਨਾਟ ਇੰਟਰਸਟਿਡ ਇਨ ਬਰਬਰੇ, ਲੈ ਲਾ ਦੋ ਪੈਰ। ਰੋਇਲ ਸਲਿਊਟ ਦਾ ਸ਼ੋਰੂਮ, ਯਾ ਐਕਚੁਲੀ ਆਈ ਐਮ ਫਰੋਮ ਰੋਇਲ ਸਲਿਊਟ ਫੋਰ ਅਸੀਂ ਇਹਦੇ ਬੈਰ। ਵਿਦ ਦਿਸ ਕਾਰ ਕਿਆ ਹੈ, ਵਿਨ ਦਿਸ ਕਾਰ ਅਸ਼ਵੀ ਮਰਸਡੀ ਆ ਗਈ ਜੀ ਦੁਬਈ ਡਿਊਟੀ ਫਰੀ। ਅੱਛਾ ਇਹ ਦੁਬਈ ਡਿਊਟੀ ਫਰੀ। ਠੀਕ ਹੈ ਫਿਰ ਗੁੱਡ। ਡਿਊਟੀ ਫਰੀ 'ਚ ਦੁਬਈ ਦੀ ਜਿਹੜੀ ਵਿਸਕੀ ਸਕੋਚ ਹੈ ਉਹ ਕਾਫੀ ਮੰਨੀ ਜਾਂਦੀ ਹੈ ਕਿਉਂਕਿ ਕਹਿੰਦੇ ਇੱਥੇ ਕੋਈ ਗੜਬੜ ਨਹੀਂ, ਪਿਓਰਟੀ ਬਹੁਤ ਹੈ। ਆ ਦੇਖੋ ਇੱਥੇ ਕਿਵੇਂ ਲੋਕ ਸ਼ੌਕੀਨ ਜਿਹੜੇ ਲੱਗੇ ਹੋਏ ਜੀ ਪੂਰਾ ਚੈੱਕ ਕਰਨ। ਡਬਲ ਫਲੈਕ ਪੈਕਿੰਗ ਬਹੁਤ ਵਧੀਆ ਆਉਂਦੀ ਕਈਆਂ ਦੀ, ਬਲੈਕ ਲੇਵਲ 2 ਲੀਟਰ ਸਮਥਿੰਗ ਐਵੇਂ ਕਰਕੇ ਔਫਰ 'ਤੇ ਆਉਂਦੀਆਂ ਕਈ ਜੈਕ ਡੇਨੀਅਲ। ਹੁਣ ਤੁਹਾਨੂੰ ਔਫਰ ਵਾਲੀ ਦਿਖਾਉਂਦਾ ਮੈਂ, ਕਈ ਜਗ੍ਹਾ ਔਫਰ ਹੈ ਦੋ ਬੋਤਲਾਂ ਦੇ ਇਕੱਠੇ ਜਿਵੇਂ ਪੈਕ ਬਣਾਏ ਹੋਏ ਇਹਨਾਂ ਨੇ। ਇੱਕ ਤਾਂ ਦੇਖੋ ਥੱਲੇ ਜਿਮ ਬਿਮ ਦੀ ਪੈਕਿੰਗ ਹੈ, ਅਲੱਗ ਅਲੱਗ ਰੇਟ ਹਰੇਕ ਦੇ। ਇੱਧਰ ਜੋਨੀ ਵਾਕਰ ਦਾ ਪੂਰਾ ਲੱਗਿਆ ਵਾ, ਇਹ ਦੇਖੋ ਰੇਅਰ ਪਾਏ ਨੇ ਇਹ ਜੋਨੀ ਵਾਕਰ 694 ਜੋਨੀ ਵਾਕਰ $626 ਬਲੂ ਲੇਵਲ $580 ਇਹ ਵੱਡੀ ਹੈ 2 ਲੀਟਰ ਲਈਆਂ ਆਈ ਥਿੰਕ 1.75 ਘੜਾ ਕਹਿੰਦੇ ਜਿਹਨੂੰ। ਇੱਧਰ ਸ਼ਿਵਾਸ ਆ ਗਈ, ਗਲੈਨਲਵਿਟ ਦੀ ਸਿਗਲੈਂਟਨ ਮਕੈਲਨ USD $1,124। ਇਹ ਪੈਕਿੰਗ ਇੱਧਰ ਗ੍ਰੈਂਡਸ ਰੈਡ ਲੇਬਲ ਜਿਮ ਬਿਮ ਦਵਾਰ ਜਿਹੜੇ ਜਿਹੜੇ
ਇਕੱਠੇ ਤਿੰਨ ਤਿੰਨ ਬੋਤਲਾਂ ਦੀ ਪੈਕਿੰਗ ਹੈ ਇਹਦੇ 'ਚ, ਡਿਸਕਾਊਂਟ ਹੁੰਦਾ, ਸਸਤੀ ਪੈ ਜਾਂਦੀ ਹੈ। ਕਈਆਂ ਨੇ ਕਿਸੇ ਨੂੰ ਗਿਫਟ ਕਰਨਾ ਹੁੰਦਾ ਤਾਂ ਉਹ ਪ੍ਰੈਫਰ ਕਰਦੇ ਐਵੇਂ ਦੀ ਪੈਕਿੰਗ ਲੈਣੀਆਂ, ਜਿਵੇਂ ਦੇਖੋ ਬਲੈਕ ਲੇਵਲ ਦੀ, ਡਬਲ ਬਲੈਕ ਦੀ 122, ਤਿੰਨ ਤਿੰਨ ਦੀ ਪੈਕਿੰਗ ਪੂਰੀ। ਇਹ ਬਲੈਕ ਡੋਗ ਵੀ ਪਈ ਆਪਣੇ ਉੱਧਰ ਵਾਲੀ, ਟੀਚਰ ਹਾਈਲੈਂਡ। ਇੱਕ ਲੀਟਰ $21 ਦੀ ਹੈ, ਯਾਨੀ ਕਿ 2000 ਰੁਪਏ ਦੇ ਕਰੀਬ। ਆਪਣੇ ਐਵੇਂ ਉੱਧਰ ਸਸਤੀ ਹੈ, ਹਲੇ ਬ੍ਰਾਂਡੀ ਇਹ ਹੈਨੈਸੀ ਹੈ, ਬ੍ਰਾਂਡੀ USD 2991। ਇੱਧਰ ਵਾਈਨ ਆ ਗਈਆਂ ਸਾਰੀਆਂ, ਇੱਧਰ ਸ਼ੈਂਪੀਅਨ ਵਾਈਨ, ਇਹ ਅਗਰ ਮਾਸਟਰ ਜਾਂ ਕਿਸੇ ਨੇ ਸਮਾਲ ਲੈਣਾ ਹੈ ਆਪਸ਼ਨ ਹੈ, ਇੱਧਰ ਛੋਟੀ 500 ਮਿਲ ਪਈ ਹੈ। ਇਹ ਦੇਖੋ ਟਰਮੀਨਲ 3 'ਤੇ ਸਾਰੀਆਂ ਫਲਾਈਟਸ ਐਮਰੇਟਸ ਹੀ ਹੈ, ਏ ਟੂ ਜੈਡ ਜਿੰਨੇ ਵੀ ਜਹਾਜ਼ ਖੜ੍ਹੇ ਸਿਰਫ ਐਮਰੇਟਸ ਦੇ ਹੈ ਇੱਥੇ, ਹੋਰ ਕੋਈ ਵੀ ਕਿਸੇ ਦਾ ਇੱਥੇ ਪਲੇਨ ਨਹੀਂ ਹੈ, ਦੂਰ ਦੂਰ ਤੱਕ ਐਮਰੇਟਸ ਹੈ ਟਰਮੀਨਲ 3 'ਤੇ। ਆਲ ਓਵਰ ਵਰਲਡ ਨੂੰ ਜਿੰਨੀ ਵੀ ਐਮਰੇਟਸ ਦੀ ਫਲਾਈਟ ਜਾਂਦੀ ਹੈ ਦੁਬਈ ਤੋਂ ਹੋ ਕੇ, ਉਹ ਟਰਮੀਨਲ 3 ਤੋਂ ਹੀ ਜਾਂਦੀ ਹੈ, ਇੱਥੇ ਲੈਂਡ ਕਰਦੀ ਹੈ ਜਿਹੜੀ ਵੀ ਕੰਟਰੀ ਤੋਂ ਆਉਂਦੀ ਹੈ। ਬਾਕੀ ਅੱਜ ਤੁਹਾਨੂੰ ਹੋਰ ਦਿਖਾਵਾਂ ਦੁਬਈ ਦਾ ਏਅਰਪੋਰਟ। ਇਹ ਦੇਖੋ ਬੱਚਿਆਂ ਨੂੰ ਵਾਈਫਾਈ ਮਿਲਿਆ ਵਾ, ਮੈਂ ਬੈਠੇ ਗੇਮਾਂ ਖੇਡ ਰਹੇ ਆਪਣੀਆਂ ਟੌਰ ਨਾਲ। ਹੋਰ ਦੇਖੀ ਆ ਦੁਬਈ ਦਾ ਏਅਰਪੋਰਟ, ਫਲਾਈਟ 'ਚ ਕਾਫੀ ਟਾਈਮ ਪਿਆ ਹਲੇ ਜਾਣ 'ਚ, ਅਤੇ ਵਾਧੂ ਟਾਈਮ ਹੈ, ਹੋਰ ਚੈੱਕ ਕਰ ਲਈਏ ਡਿਊਟੀ ਫ੍ਰੀ 'ਚ। ਹਾਂਜੀ, ਇੱਧਰ ਇਹ ਕਹਦਾ ਜੀਤ ਸਮੋਕਿੰਗ ਵਾਲਿਆਂ ਦਾ ਨਾ, ਤੰਬਾਕੂ ਜੋਨ ਹੈ, ਸਮੋਕਿੰਗ ਤੰਬਾਕੂ ਜੋਨ ਹੈ। ਹਾਂ ਹਾਂ ਉਹਨਾਂ ਦੀ ਹੈ ਇਹ, ਸਮੋਕਿੰਗ ਦਾ ਏਰੀਆ ਪੂਰਾ ਜਿਹੜੇ ਸਮੋਕ ਕਰਦੇ ਉਹਨਾਂ ਲਈ ਬਣਿਆ ਵਾ। ਬਾਕੀ ਇਹ ਚੋਕਲੇਟਸ ਫੂਡਸ ਆਈਟਮ ਮੈਂ ਤਾਂ ਸਭ ਪਾਸੇ ਹੁੰਦੇ ਆ ਹਰੇਕ ਏਅਰਪੋਰਟ 'ਤੇ। ਉੱਧਰ ਇਲੈਕਟ੍ਰੋਨਿਕ ਲਾਈਫ ਸਟਾਈਲ ਟੋਇਸ, ਬਹੁਤ ਵੱਡਾ ਏਅਰਪੋਰਟ ਹੈ, ਬਹੁਤ ਹੀ ਜ਼ਬਰਦਸਤ ਏਅਰਪੋਰਟ ਹੈ, ਹਰੇਕ ਚੀਜ਼ ਅਵੇਲੇਬਲ ਹੈ ਇੱਥੇ, ਜਿਵੇਂ ਦੁਬਈ ਮੌਲ 'ਚ ਸਭ ਕੁਝ ਮਿਲਦਾ ਹੈ। ਇਹ ਵੀ ਇੱਕ ਤਰ੍ਹਾਂ ਨਾਲ ਮੌਲ ਤੋਂ ਘੱਟ ਨਹੀਂ ਹੈ, ਕਿਉਂਕਿ ਆਲਮੋਸਟ ਸੁਣਨ 'ਚ ਆਉਂਦਾ ਜਿਹੜਾ ਦੁਬਈ ਦਾ ਏਅਰਪੋਰਟ ਹੈ ਸਭ ਤੋਂ ਬਿਜ਼ੀ ਏਅਰਪੋਰਟ ਰਹਿੰਦਾ ਹੈ, ਇੱਥੇ ਥੋੜ੍ਹੀ ਥੋੜ੍ਹੀ ਦੇਰ ਬਾਅਦ ਫਲਾਈਟ ਹਰੇਕ ਉੱਡਦੀ ਹੈ ਇੱਥੋਂ, ਜਿੰਨਾ ਵੀ ਅਸੀਂ ਸੁਣਿਆ ਹੈ ਹਮੇਸ਼ਾ ਇਹ ਸੁਣਿਆ, ਬੜੀ ਫਾਸਟ ਇਹਦੀ ਫਲਾਈਟ ਜਾਂਦੀ ਹੈ ਇੱਥੋਂ ਦੁਬਈ ਤੋਂ, ਅਤੇ ਬਿਜ਼ੀ ਰਹਿੰਦਾ ਏਅਰਪੋਰਟ ਪੂਰਾ। ਇਹ ਇਲੈਕਟ੍ਰੋਨਿਕ ਦਾ ਸਮਾਨ ਆ ਗਿਆ ਇੱਥੇ ਪੂਰਾ, ਸਾਰਾ ਇਲੈਕਟ੍ਰੋਨਿਕ ਦਾ, ਦੇਖੋ ਲੈਪਟੋਪ ਹੋ ਗਏ, ਫੋਨ, ਸਪੀਕਰਸ,
ਇੱਧਰ ਕਲੋਥਸ ਹੋ ਗਏ, ਬ੍ਰੈਂਡ ਹਰੇਕ ਤਰ੍ਹਾਂ ਦੇ। ਬੱਚਿਆਂ ਦੇ ਖਿਲੌਣੇ ਖਿਲੌਣੇ, ਕਿਉਂਕਿ ਟਾਈਮ ਵੱਧ ਹੁੰਦਾ ਬੰਦਿਆਂ ਕੋਲ, ਫਿਰ ਇੱਥੇ ਸ਼ੋਪਿੰਗ ਕਰ ਲੈਂਦੇ ਆ ਕੇ। ਇੱਧਰ ਅੱਗੇ ਫੂਡ ਕੋਰਟ ਆ ਗਿਆ ਖਾਣ ਪੀਣ ਲਈ। ਇਹ ਮਨੀ ਚੇਂਜਰ, ਕਰੰਸੀ ਐਕਸਚੇਂਜ ਕਰਾਉਣ ਲਈ। ਏਅਰਪੋਰਟ 'ਤੇ ਮਹਿੰਗਾ ਹੁੰਦਾ ਇਹ, ਵੈਸੇ ਤੁਸੀਂ ਕਿਤੇ ਵੀ ਬਾਹਰੋਂ ਕਰਾ ਕਰੂ ਲਓ ਉਹਦਾ ਫਾਇਦਾ ਰਹਿੰਦਾ। ਇਹ ਸਾਰਾ ਫੂਡ ਕੋਰਟ ਹੈ ਖਾਣ ਪੀਣ ਲਈ ਸਮਾਨ। ਇੱਧਰ ਚੈੱਕ ਬਾਰ ਐਂਡ ਗ੍ਰਿਲ, ਦੇਖੋ ਗ੍ਰੈਬ ਐਂਡ ਗੋ, ਇਹ ਵੀ ਸਾਰਾ ਏਅਰਪੋਰਟ 'ਤੇ ਹੀ ਹੈ। ਬਾਰ ਬਣੇ ਹੋਏ ਫਿਲਅਪ ਕੋਂਬੋ, ਪੂਰਾ ਫੂਡ ਕੋਰਟ ਹੈ। ਇੱਧਰ ਏਸ਼ੀਅਨ ਸਟਰੀਟ ਕਿਚਨ, ਬਹੁਤ ਹੀ ਸ਼ਾਨਦਾਰ ਏਅਰਪੋਰਟ ਰੀਅਲੀ। ਇੰਜੋਏ ਕਰਦੇ ਹੋਏ ਲੋਕ ਰਮਨ ਟੱਪੀ ਸਭ ਕੁਛ। ਆਹ ਦੇਖੋ ਗਲੋਬਲ ਫੂਡ, ਉਹੀ ਦੇਖ ਰਹੇ ਲੋ ਜੀ। ਇਹ ਵੀ ਪਤਾ ਨਹੀਂ ਕੀ ਹੈ ਇੱਧਰ, ਅੱਛਾ ਬੈਠਣ ਲਈ ਹੋਇਆ, ਰੈਸਟੋਰੈਂਟ ਦਾ ਹੀ ਹੈ ਵੀ ਬੈਠਣ ਲਈ ਇੱਥੇ, ਨਾਲੇ ਰੈਸਟ ਕਰੋ ਨਾਲੇ ਇੰਜੋਏ ਕਰੋ ਬੈਠ ਕੇ। ਚੱਲੀਏ ਜੀ ਹੁਣ ਬਾਏ ਕਰੀਏ, ਕੁਛ ਘੁੰਮਦਾ ਲਏ। ਜ਼ਰੂਰੀ ਲੋੜ ਪੈਣੀ ਹੈ ਸਮਾਨ ਦੀ। ਇਹ ਆ ਗਏ ਬੱਚੇ ਬੈਠੇ ਲੈ ਕੇ, ਅਗਮ ਥੋੜ੍ਹੀ ਹੈ ਮਨ ਲੱਗਦਾ ਨਾ। ਐਕਚੁਲੀ ਰਿਟਰਨ 'ਚ ਵੀ ਮੇਰੀ ਇੱਧਰੋਂ ਹੀ ਹੈ ਜਿਹੜੀ ਫਲਾਈਟ, ਇੱਥੇ ਰੁਕੇਗੀ। ਉਸ ਟਾਈਮ ਥੋੜ੍ਹਾ ਜਿਹਾ ਖਾਸ ਯਾਰਾਂ ਦੋਸਤਾਂ ਲਈ, ਇੱਕ ਆਪਣੇ ਵੀਰ ਨਿੰਦੀ ਵੀਰ ਨੇ ਬੜਾ ਘੁਮਾਇਆ ਹੈ, ਰੀਅਲੀ ਅਮੇਜ਼ਿੰਗ ਯਾਰ ਉਹਨਾਂ ਦੇ
ਪਾਦਲ ਲਈ ਕੋਈ ਗਿਫਟ ਆਈਟਮ ਵਗੈਰਾ ਵੀ ਦੇਖਣੀ ਹੈ ਉਹ ਵਾਪਸੀ 'ਚ, ਕਿਉਂਕਿ ਹਾਲੇ ਤਾਂ ਅਸੀਂ ਘੁੰਮਣਾ ਹੈ ਬਹੁਤ, ਇਸ ਕਰਕੇ ਜ਼ਿਆਦਾ ਕੈਰੀ ਨਹੀਂ ਕਰਨਾ, ਨਾਲ ਛੋਟਾ ਮੋਟਾ ਸਮਾਨ ਲਿਆਉਂਗਾ।